ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦਕਾ ਅੱਜ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਸੰਗਤਾਂ ਦਾ ਇੱਕ ਜਥਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਮੌਕੇ ਗੱਲ ਕਰਦਿਆਂ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਸਿੰਘ, ਜੋ ਇਸ ਜਥੇ ਦੀ ਅਗਵਾਈ ਕਰਨ ਲਈ ਸੰਗਤਾਂ ਨਾਲ ਪਾਕਿਸਤਾਨ ਜਾ ਰਹੇ ਸਨ, ਨੇ ਕਿਹਾ ਕਿ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਜਥਾ ਹੈਗਾ ਔਰ ਦਿੱਲੀ ਗੁਰਦੁਆਰਾ ਕਮੇਟੀ ਦੇ 45 ਯਾਤਰੀ ਜਾ ਰਹੇ ਹੈ ਕਰੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ। ਇਹ ਜੱਥਾ ਕੱਲ੍ਹ 21 ਤਰੀਕ ਨੂੰ ਅਟਾਰੀ ਸਰਹੱਦ ਤੋਂ ਵਾਹਗਾ ਸਰਹੱਦ 'ਤੇ ਦਾਖਲ ਹੋਏਗਾ ਔਰ 30 ਤਰੀਕ ਨੂੰ ਵਾਪਸ ਇਹ ਜੱਥਾ ਆਏਗਾ। ਤੋ ਇਸ ਜੱਥੇ ਦੇ ਵਿੱਚ ਸਾਡੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਜੀ, ਜੋ ਚੇਅਰਮੈਨ ਨੇ ਰਕਾਬਗੰਜ ਗੁਰਦੁਆਰਾ ਸਾਹਿਬ ਦੇ, ਔਰ ਸਾਹਿਬ ਇੰਦਰਪਾਲ ਸਿੰਘ ਜੀ ਇਹ ਡਿਪਟੀ ਚੇਅਰਮੈਨ ਡਿਪਟੀ ਪਾਰਟੀ ਲੀਡਰ ਹੈ, ਇਹ ਦੋਨਾਂ ਲਈ ਰਹਿਨੁਮਾਈ ਜੱਥਾ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਇਸ ਜੱਥੇ ਨੂੰ ਜੋ ਪਰਮਿਸ਼ਨ ਮਿਲੀ ਅਸੀਂ ਯਾਤਰੀਆਂ ਨੂੰ ਭੇਜ ਰਿਹਾ ਬੱਸ ਦੇ ਰਹੀ। ਔਰ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਜੀ ਔਰ ਸੈਕਟਰੀ ਸਾਹਿਬ ਕੱਲ੍ਹ ਜਿਹਨੇ ਵੀ ਆਉਣਾ ਸੀ ਪਰ ਕੋਈ ਮੀਟਿੰਗ ਪੈ ਗਈ ਅਤੇ ਰਵਾਨਗੀ ਵਾਸਤੇ ਦਾਸ ਦੀ ਸੇਵਾ ਲੱਗੀ ਹੈਗੀ ਹੈ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੱਥਾ ਉੱਥੇ ਜਾ ਕੇ ਜੋ 10 ਦਿਨ ਦੀ ਯਾਤਰਾ ਹੈ ਗੁਰੂ ਮਹਾਰਾਜ ਦਾ ਨਾਮ ਜਪੇਗਾ ਔਰ ਜਿਹੜੀਆਂ ਉੱਥੇ ਕੋਈ ਮੁਸ਼ਕਲਾਂ ਆਉਣਗੀਆਂ ਉਹਨਾਂ ਜੱਥੇ ਉਹਨਾਂ ਆ ਰਹੀਆਂ ਉੱਥੇ ਦੇ ਵਕਫ ਬੋਰਡ ਦੇ ਮੈਂਬਰਾਂ ਨਾਲ ਔਰ PSGPC ਦੇ ਜਿਹੜਾ ਸਟਾਫ ਦੇ ਨਾਲ ਗੱਲਬਾਤ ਕਰਕੇ ਉਹ ਮੁਸ਼ਕਲਾਂ ਨੂੰ ਦੂਰ ਕਰਨਗੇ ਔਰ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਇਹ ਜੱਥੇ ਹਮੇਸ਼ਾ ਵੱਧ ਚੜ੍ਹ ਕੇ ਜਾਂਦੇ ਰਹਿਣ। ਟੋਟਲ 500 ਵੀਜ਼ੇ ਅਪਲਾਈ ਹੋਏ ਸੀ ਅਤੇ 499 ਨੂੰ ਵੀਜ਼ਾ ਮਿਲਿਆ ਜੀ, ਅਤੇ ਇਸ ਵਾਰੀ ਕੁਝ ਰਹਿਮਤ ਹੋਈ ਹੈ, ਅੱਛੀ ਵੀਜ਼ੇ ਮਿਲ ਗਏ ਸਭ ਨੂੰ। ਦਿੱਲੀ ਤੋਂ ਕਿੰਨੇ ਵੀਜ਼ੇ ਸੀਗੇ? ਦਿੱਲੀ ਤੋਂ ਸਾਡੇ 54 ਬੰਦੇ ਸਨ ਅਤੇ 9 ਬੰਦਿਆਂ ਸਾਡੇ ਇਕੱਠੇ ਨੇ ਕਿਉਂਕਿ ਉਹਦੇ ਕੁਝ ਸਹੀ ਤਿਆਰੀਆਂ ਨੂੰ ਦੇ ਦਿੱਤਾ ਵੀਜ਼ਾ ਅਤੇ ਕੁਝ ਸਹੀ ਤਿਆਰੀਆਂ ਨੂੰ ਨਹੀਂ ਦਿੱਤਾ ਵੀਜ਼ਾ। ਅਸੀਂ ਗੌਰਮੈਂਟ ਨੂੰ ਲਿਖਿਆ ਹੋਇਆ, ਆਪਣੀ ਗੌਰਮੈਂਟ ਨੂੰ ਵੀ, ਪਾਕਿਸਤਾਨ ਗੌਰਮੈਂਟ ਨੂੰ, ਕਿ ਨਾਨਕ ਨਾਮ ਲੇਵਾ ਜਿਹੜੇ ਯਾਤਰੀ ਹੈਗੇ ਨੇ ਉਹਨਾਂ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਵੀਜ਼ਾ ਦਿਆ ਕਰੋ। ਕਿੰਨੇ ਦਿਨ ਦੀ ਯਾਤਰਾ, ਕਦੋਂ ਸ਼ੁਰੂ ਹੋਏਗੀ ਅਤੇ ਕਦੋਂ ਵਾਪਸੀ ਇਹਨਾਂ ਦੀ? ਇਹ 10 ਦਿਨ ਦੀ ਯਾਤਰਾ ਜੀ, 21 ਤਰੀਕ ਤੋਂ 21 ਜੂਨ ਤੋਂ ਚਾਲੂ ਹੋਣੀ ਹੈ, 30 ਜੂਨ ਨੂੰ ਵਾਪਸੀ ਆਉਣੀ ਹੈ ਜੀ ਇਹਨਾਂ ਨੇ। 10 ਦਿਨ ਦੀ ਯਾਤਰਾ ਕਰਕੇ ਉੱਥੇ 29 ਨੂੰ ਬਰਸੀ ਬਣਾ ਰਹੇ ਹੈਗੇ ਨੇ, ਵੈਸੇ ਤਾਂ ਬਰਸੀ 28 ਤਰੀਕ ਪਰ ਪਾਕਿਸਤਾਨ ਸਰਕਾਰ ਦੀ 29 ਤਰੀਕ ਦੀ ਹੈਗੀ ਹੈ ਤਾਂ ਅਸੀਂ ਉਹਨਾਂ ਦੀ 29 ਸਮਝਾਂਗੇ। ਇਹਨਾਂ ਨੇ ਪਹਿਲੇ ਜਾਣਾ ਸਿੱਧਾ ਪੰਜਾ ਸਾਹਿਬ ਗੁਰਦੁਆਰਾ, ਫਿਰ ਨਨਕਾਣਾ ਸਾਹਿਬ ਸੱਚਾ ਸੌਦਾ, ਉਸ ਤੋਂ ਬਾਅਦ ਕਰਤਾਰਪੁਰ ਸਾਹਿਬ, ਐਮਨਾਬਾਦ ਸਾਹਿਬ, ਡੇਰਾ ਸਾਹਿਬ ਲਾਹੌਰ ਅਤੇ ਸਮਾਧ ਮਹਾਰਾਜ ਰਣਜੀਤ ਸਿੰਘ ਦੇ ਲਾਹੌਰ ਦੇ ਸਾਰੇ ਦਰਸ਼ਨ ਕਰਨ ਤੋਂ ਬਾਅਦ ਇਹ 30 ਤਰੀਕ ਨੂੰ ਵਾਪਸ ਆਉਣਗੇ। ਜਿਹੜਾ ਪ੍ਰੋਗਰਾਮ ਸਾਰਾ ਇਹ ਹੈਗਾ, ਬਾਕੀ ਸ਼ਡਿਊਲ ਦੇ 'ਚ ਕੋਈ ਤਬਦੀਲੀ ਉਹ ਪਾਕਿਸਤਾਨ ਸਰਕਾਰ ਦੇ ਉੱਤੇ ਹੈਗੀ ਹੈ। ਮੈਂ ਪਹਿਲੇ ਤਾਂ ਧੰਨਵਾਦੀ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ, ਸੈਕਟਰੀ ਸਾਹਿਬ ਸਾਡੇ ਜਗਦੀਸ਼ ਸਿੰਘ ਜੀ ਕਾਲੋ, ਪਰਮਜੀਤ ਸਿੰਘ ਚੰਡੋਕ ਜੀ ਜਿਹੜੇ ਕਿ ਸਾਡੇ ਚੇਅਰਮੈਨ ਹੈ ਮਿਨੋਰਟੀ ਦੇ, ਇਸ ਵਾਰ ਟੀਮ ਲੀਡਰ ਦੇ ਤੌਰ 'ਤੇ ਦਾਸ ਨੂੰ ਭੇਜਿਆ ਜਾ ਰਿਹਾ ਹੈ। 45
ਜਿਹੜੇ ਸੰਗਤ ਹੈ ਇੱਥੋਂ ਦੀ 45 ਲੋਕਾਂ ਦੀ, ਉਹਨਾਂ ਦੇ ਨਾਲ ਮੈਂ ਜਾ ਰਿਹਾ ਹਾਂ। ਬਾਕੀ ਜਿਹੜਾ ਉੱਥੇ ਜਾ ਕੇ ਪਤਾ ਚੱਲੇਗਾ। ਅੱਜ ਅਸੀਂ ਇੱਥੋਂ ਜਿਹੜੀ ਯਾਤਰਾ ਸਟਾਰਟ ਕਰਕੇ ਸ਼ਾਮ ਨੂੰ ਦਰਬਾਰ ਸਾਹਿਬ ਪਹੁੰਚਣਾ ਹੈ, ਅੰਮ੍ਰਿਤਸਰ ਰੁਕਾਂਗੇ। ਕੱਲ੍ਹ ਜਿਹੜਾ ਅਸੀਂ ਬਾਘਾ ਬਾਰਡਰ ਪਾਰ ਕਰਨਾ ਹੈ ਅਤੇ ਇਹ ਜਿਹੜਾ ਜੱਥਾ ਹੈ 30 ਤਰੀਕ ਨੂੰ ਵਾਪਸੀ ਆਏਗਾ। ਦੇਖੋ, ਇਹ ਬਹੁਤ ਲੋਕਾਂ ਦੇ ਮਨ 'ਚ ਭੁਲੇਖਾ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤਾਂ ਸ਼ਾਇਦ ਸਾਨੂੰ ਅਮਰੀਕਾ, ਕਨੇਡਾ ਦੇ ਜਾਂ ਹੋਰ ਕੰਟਰੀਆਂ ਦਾ ਨਹੀਂ ਲੱਗੇਗਾ। ਪਰ ਮੈਂ ਆਪ ਜੀ ਨੂੰ ਦੱਸਦਾ ਕਿ ਜਦੋਂ ਅਸੀਂ ਵੀਜ਼ਾ ਲੱਗਿਆ, ਮੈਂ ਵੀ ਪੜ੍ਹਿਆ, ਉਹਦੇ ਅੰਦਰ ਸਿਰਫ ਮੈਨਸ਼ਨ ਹੁੰਦਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਉਹਦੇ ਇਲਾਵਾ ਤੁਸੀਂ ਹੋਰ ਕਿਤੇ ਨਹੀਂ। ਉਹ ਗੁਰਦਾਮਾ ਦਾ ਗਰੁੱਪ ਵੀਜ਼ਾ ਲੱਗਦਾ ਔਰ ਉਹਦੇ ਨਾਲ ਕਦੀ ਵੀ ਕਿਸੇ ਹੋਰ ਕੰਟਰੀ ਦੇ ਵੀਜ਼ਾ ਲੈਣ 'ਚ ਦਿੱਕਤ ਨਹੀਂ ਆਉਂਦੀ। ਜਿੰਨਾ ਜਿਹੜੇ ਵੀ ਪਹਿਲੇ ਪਾਕਿਸਤਾਨ ਤੋਂ ਜਿਹੜੀ ਸੰਗਤਾਂ ਹੋ ਕੇ ਆਈ ਹੈ, ਮੈਂ ਸਾਰਿਆਂ ਨੂੰ ਪੁੱਛਿਆ, ਲਗਭਗ ਉਹ ਇੱਥੇ ਆਉਣ ਤੋਂ ਬਾਅਦ ਹੀ ਕੈਨੇਡਾ ਜਾਂ ਅਮਰੀਕਾ ਜਾਂ ਹੋਰ ਅਦਰ ਕੰਟਰੀਆਂ ਦੇ ਜਿਹੜੇ ਉਹਨਾਂ ਨੇ ਵੀਜ਼ੇ ਲਿੱਤੇ, ਉਹ ਕੋਈ ਇੱਦਾਂ ਦੀ ਦਿੱਕਤ ਨਹੀਂ ਆਈ। ਅਤੇ ਮੈਂ ਸੰਗਤ ਨੂੰ ਕਹਾਂਗਾ ਕਿ ਇਹਨੂੰ ਆਪਣੇ ਮਨ ਦੀ ਭਾਵਨਾ ਨੂੰ ਜਿਹੜਾ ਤੁਸੀਂ ਹਟਾ ਕੇ ਉੱਥੇ ਵੱਧ ਤੋਂ ਵੱਧ ਗੁਰੂ ਦੀ ਜਿਹੜੀ ਸਾਡੀ ਨਗਰੀ ਪਾਕਿਸਤਾਨ ਉਹਦੇ ਅੰਦਰ ਜਾਣਾ ਚਾਹੀਦਾ ਹੈ। ਔਰ ਇਹ ਵੀ ਮੈਂ ਤਾਂ ਕਹਾਂਗਾ ਕਿ ਅਸੀਂ ਜ਼ਰੂਰ ਉੱਥੇ ਅਰਦਾਸ ਕਰਾਂਗੇ, ਜਿਵੇਂ ਕਰਤਾਰਪੁਰ ਅਸੀਂ ਅੱਜ ਜਾ ਰਹੇ ਹਾਂ, ਉਹ ਕਿਸੇ ਵੀ ਟਾਈਮ ਜਾ ਸਕਦੇ ਹਾਂ। ਔਰ ਉਹਦੇ ਵਾਸਤੇ ਸਾਨੂੰ ਕੋਈ ਵੀਜ਼ਾ ਲੱਗਣ ਦੀ ਲੋੜ ਨਹੀਂ ਪੈ ਰਹੀ ਹੈ। ਉੱਥੇ ਦੀ ਗੌਰਮੈਂਟ ਨੇ ਜਿਹੜਾ ਇਹ ਜਿਹੜੇ ਬਾਕੀ ਜਿਹੜੇ ਸਾਡੇ ਉੱਥੇ ਧਾਰਮਿਕ ਸਥਾਨ ਹੈ, ਇੱਥੇ ਵੀ ਜਿਹੜਾ ਕਰਤਾਰਪੁਰ ਦੀ ਤਰਫ ਕੋਰੀਡੋਰ 'ਚ ਜਿੱਦਾਂ ਅਸੀਂ ਜਾਂਦਾ, ਉਹ ਜਾਣ ਦਾ ਜਿਹੜਾ ਸੰਗਤ ਨੂੰ ਮੌਕਾ ਮਿਲੇ। ਵਾਹਿਗੁਰੂ ਜੀ ਦੀ ਕਿਰਪਾ ਹੋਈ ਆ, ਵਾਹਿਗੁਰੂ ਦੀ ਕਿਰਪਾ 'ਤੇ ਸਾਨੂੰ ਚੱਲਿਆ ਜੀ। ਬਹੁਤ ਮਿਹਰਬਾਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ, ਜਿਹਨੇ ਸਾਡਾ ਵੀਜ਼ਾ ਲਵਾਇਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰਾ ਪੰਜਾ ਸਾਹਿਬ ਜਾ ਰਹੇ ਹਾਂ ਪਾਕਿਸਤਾਨ, ਉਮੀਦ ਹੈ ਸਾਨੂੰ ਬੜੇ ਕਾਮਯਾਬੀ ਨਾਲ ਜਾਵਾਂਗੇ ਅਤੇ ਕਾਮਯਾਬੀ ਨਾਲ ਆਵਾਂਗੇ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਰਕਾਬਗੰਜ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਨੂੰ ਲੈ ਕੇ ਜਾ ਰਹੇ ਹਨ, ਉਹਨਾਂ ਦਾ ਸ਼ੁਕਰ ਅਦਾ ਕਰਦੇ ਹਾਂ।